ਦੇਖੋ ਲਗਭਗ 760 ਕਰੋੜ ਰੁਪਏ, 760 ਕਰੋੜ ਰੁਪਏ ਦੇ ਜਿਹੜੇ ਬਿੱਲ ਸੀਗੇ ਉਹ ਫੇਕ ਪਾਏ ਗਏ, ਜਾਲੀ ਪਾਏ ਗਏ, ਜਿਨ੍ਹਾਂ ਵਿਚ ਮੈਂ ਸਮਝਦਾ ਵੱਡੀ ਜਿਹੜੀ ਆ ਟੈਕਸ ਦੀ ਚੋਰੀ, ਦੋ ਫਰਮਾਂ ਨੇ, ਇੱਕ ਲੁਧਿਆਣੇ ਦੀ ਫਰਮ, ਇੱਕ ਅੰਮ੍ਰਿਤਸਰ ਦੀ ਫਰਮ, ਜਿਹੜੀ ਆ ਜਿਹੜੀ ਗੋਲਡ ਦਾ ਕੰਮ ਕਰਦੀ ਸੀ, ਸੋਨੇ ਦਾ ਕੰਮ ਕਰਦੀ ਸੀ, ਗਾਹਕਾਂ ਨੂੰ ਸੋਨਾ ਵੇਚਦੀ, ਉਹਦੇ ਨਿਕਲੇ, ਉਹਨਾਂ ਦੇ ਖਿਲਾਫ਼ ਅਸੀਂ ਕਾਨੂੰਨੀ ਕਾਰਵਾਈ ਕਰ ਰਹੇ ਹਾਂਗੇ। ਸੋ ਬਿਲਕੁਲ ਜਿਹੜਾ ਵੀ ਕੋਈ ਟੈਕਸ ਦੀ ਚੋਰੀ ਕਰੂਗਾ ਉਹਦੇ ਖਿਲਾਫ਼ ਸਰਕਾਰ ਜਿਹੜੀ ਸਖ਼ਤ ਐਕਸ਼ਨ ਲਊਗੀ। ਇਸੇ ਤਰ੍ਹਾਂ ਲੁਧਿਆਣਾ, ਮੰਡੀ ਗੋਬਿੰਦਗੜ੍ਹ, ਫਤਿਹਗੜ੍ਹ ਸਾਹਿਬ, ਹੋਰ ਬਹੁਤ ਸਾਰੇ ਜਗ੍ਹਾ ਦੇ ਉੱਤੇ ਲਗਭਗ 4,000 ਕਰੋੜ ਤੋਂ ਉੱਪਰ ਦਾ ਜਿਹੜਾ ਹੈਗਾ ਉਹ ਜਾਲੀ ਲੋਹੇ ਦੇ ਬਿੱਲ, ਲੋਹੇ ਦੀ ਖਰੀਦ ਫਰੋਖਤ ਦੇ ਜਾਲੀ ਬਿੱਲ ਉਹ ਪਾਏ ਗਏ ਨੇ। ਉਹਨਾਂ ਫਰਮਾਂ ਦੇ ਖਿਲਾਫ਼ ਵੀ ਕਾਰਵਾਈ ਹੋ ਰਹੀ ਆ, ਔਰ ਇਹਦੇ ਵਿੱਚ ਉਹ ਬਹੁਤ ਸਾਰੀਆਂ ਫਰਮਾਂ ਜਿਹੜੀਆਂ ਸੈਂਟਰ ਯੂਰਿਡਿਕਸ਼ਨ ਜੁੜੀਆਂ ਹੋਈਆਂ ਸੀ, 206 ਫਰਮਾਂ ਸੀ ਜਿਹੜੀਆਂ ਕੇਂਦਰ ਸਰਕਾਰ ਦੇ ਨਾਲ ਜਿਨ੍ਹਾਂ ਨੇ ਆਪਣੀ ਰਜਿਸਟ੍ਰੇਸ਼ਨ ਕਰਵਾਈ ਹੋਈ ਸੀਗੀ, ਔਰ ਪੰਜਾਬ ਦੀਆਂ 11 ਫਰਮਾਂ ਸੀ। ਅਸੀਂ ਪੰਜਾਬ ਦੀਆਂ 11 ਫਰਮਾਂ ਦੀ ਰਜਿਸਟ੍ਰੇਸ਼ਨ ਰੱਦ ਕੀਤੀ ਆ, ਔਰ 206 ਜਿਹੜੀਆਂ ਸੈਂਟਰ ਸਰਕਾਰ ਦੀਆਂ ਨੇਗੀਆਂ, ਅਸੀਂ ਗਵਰਨਮੈਂਟ ਆਫ ਇੰਡੀਆ ਨੂੰ ਲਿਖਿਆ ਕਿ ਇਹਨਾਂ ਦੀਆਂ ਰਜਿਸਟ੍ਰੇਸ਼ਨ ਰੱਦ ਕਰਕੇ ਇਹਨਾਂ ਦੇ ਖਿਲਾਫ਼ ਐਕਸ਼ਨ ਲਓ। ਸੋ ਅਸੀਂ ਬਿਲਕੁਲ ਜਿੱਥੇ ਵੀ ਕਿਤੇ ਟੈਕਸ ਦੀ ਚੋਰੀ ਹੋਊ ਉਹਦੇ ਖਿਲਾਫ਼ ਅਸੀਂ ਡਟ ਕੇ ਜਿਹੜੀ ਲੜਾਈ ਲੜਾਂਗੇ, ਇੱਕ ਵੀ ਟੈਕਸ ਦੀ ਚੋਰੀ ਨਹੀਂ ਹੋਣ ਦੇਵਾਂਗੇ। ਇਹ ਕੰਪਨੀਆਂ ਬੰਦ ਕਰਵਾ ਰਹੇ ਹੋ ਜਾਂ ਇਹ ਕੰਪਨੀਆਂ ਕੱਲੀਆਂ ਕਾਗਜ਼ਾਂ 'ਚ ਸੀਗੀਆਂ, ਔਰ ਇਹਦੇ ਨਾਲ ਪ੍ਰੋਫਿਟ ਕਿੰਨਾ ਪੰਜਾਬ ਸਰਕਾਰ ਨੂੰ ਹੋਏਗਾ? ਦੇਖੋ ਇਹ ਨਾ ਜਾਲੀ ਫਰਮਾਂ ਰਜਿਸਟਰਡ ਕਰਵਾ ਕੇ, ਫਰਜ਼ੀ ਫਰਮਾਂ ਰਜਿਸਟਰਡ ਕਰਵਾ ਕੇ, ਜਾਲੀ ਕਾਰੋਬਾਰ ਦਿਖਾ ਕੇ ਜਿਹੜਾ ITC ਰਿਟਰਨ ਲੈਂਦੀਆਂ ਸੀਗੀਆਂ, ਔਰ ਕੰਮ ਨਹੀਂ ਕਰਦੀਆਂ ਸੀਗੀਆਂ, ਔਰ ਪੈਸੇ ਸਾਡੇ ਤੋਂ ਵਸੂਲ ਪਾ ਲੈਂਦੀਆਂ ਸੀਗੀਆਂ ਵੀ ਅਸੀਂ ਆਹ ਕੰਮ ਕੀਤਾ। ਸੋ ਇਹ ਵੱਡਾ ਫਰਾਡ ਸੀ, ਇਹ ਫੜਿਆ ਗਿਆ। ਔਰ ਸੋਨੇ ਦਾ ਤਾਂ ਇਹ ਨਿਕਲਿਆ ਨਾ, ਅੰਮ੍ਰਿਤਸਰ ਤੇ ਲੁਧਿਆਣੇ ਦੀ ਜੇ ਮੈਂ ਗੱਲ ਕਰਾਂ, ਉਥੇ ਤਾਂ ਉਹਨਾਂ ਨੇ ਸੋਨਾ ਕਿੱਥੋਂ ਖਰੀਦ ਕੇ ਲਿਆਂਦਾ? ਉਹਦਾ ਕੋਈ ਰਿਕਾਰਡ ਹੀ ਹੈ ਨਹੀਂ। ਸੋਨਾ ਹੈ ਜਾਂ ਸੋਨਾ ਕਾਗਜ਼ਾਂ ਦੀ? ਸੋਨਾ ਕਾਗਜ਼ਾਂ ਦੀ ਨਹੀਂ, ਸੋਨਾ ਹੈਗਾ ਗਾ, ਸੋਨਾ ਗਾਹਕਾਂ ਨੂੰ ਵੇਚਿਆ ਗਾ, ਪਰ ਉਹ ਸੋਨਾ ਉਹਨਾਂ ਫਰਮਾਂ ਨੇ ਕਿੱਥੋਂ ਖਰੀਦ ਕੇ ਲਿਆਂਦਾ ਉਹਦਾ ਕੋਈ ਵੀ ਉਹਨਾਂ ਕੋਲ ਸਬੂਤ ਨਹੀਂ ਹੈਗਾ। ਆਇਆ ਦੁਬਈ ਹੈ ਕਿਉਂਕਿ ਅੰਮ੍ਰਿਤਸਰ ਏਅਰਪੋਰਟ ਤੇ ਕਈ ਵਾਰ ਫੜਿਆ ਜਾਂਦਾ, ਕਿੱਥੋਂ ਇਹ ਸੋਨਾ? ਦੇਖੋ ਇਹ ਸਾਡਾ ਜਾਂਚ ਦਾ ਵਿਸ਼ਾ ਨਹੀਂ ਹੈਗਾ। ਅਸੀਂ ਵੈਸੇ ਕ੍ਰਿਮੀਨਲ ਐਕਟ ਜਿਹੜਾ ਹੈਗਾ ਬਹੁਤ ਜਗ੍ਹਾ ਤੇ ਲਾਗੂ ਵੀ ਕਰਤਾ, ਕ੍ਰਿਮੀਨਲ ਪ੍ਰੋਸੀਡਿੰਗਾਂ ਸ਼ੁਰੂ ਕੀਤੀਆਂ ਨੇ, ਪਰ ਲੇਕਿਨ ਇਹ ਸਪਸ਼ਟ ਆ ਕਿ ਉਹਨਾਂ ਕੋਲੇ ਮਾਲ ਕਿੱਥੋਂ ਆਇਆ ਉਹਦਾ ਕੋਈ ਵੀ ਰਿਕਾਰਡ ਨਹੀਂ ਸੀ। ਇਸੇ ਗੱਲ ਕਰਕੇ ਅਸੀਂ ਆਪਦੇ ਐਸ ਪਰ ਲਾ ਜਿਹੜਾ GST ਦਾ ਕਾਨੂੰਨ ਉਹਦੀ ਅਸੀਂ ਕਾਰਵਾਈ ਕੀਤੀ। ਅਸੀਂ ਬਿਲਕੁਲ ਜਿੱਥੇ ਵੀ ਕਿਤੇ ਸਾਨੂੰ ਚੋਰੀ ਮਿਲਦੀ ਆ, ਜਿਹਦੀ ਵੀ ਸਾਨੂੰ ਇਨਪੁਟ ਆਉਂਦੀ ਆ, ਔਰ ਸਾਡਾ ਡਿਪਾਰਟਮੈਂਟ ਖਾਸ ਕਰਕੇ ਪੰਜਾਬ ਦਾ ਡਿਪਾਰਟਮੈਂਟ GST ਦਾ ਬੜਾ ਚੁਸਤ ਦਰੁਸਤ ਹੈਗਾ। ਜੁਰਮਾਨਾ ਕਿੰਨਾ ਠੋਕਿਆ ਇਹਨਾਂ? ਦੋਨਾਂ ਫਰਮਾਂ ਨੂੰ ਲਗਭਗ 45 ਕਰੋੜ ਰੁਪਏ ਤੋਂ ਉੱਪਰ ਦਾ ਜੁਰਮਾਨਾ ਹੈਗਾ, ਜਿਹੜੀਆਂ ਸੋਨੇ ਦਾ ਕੰਮ ਕਰ ਰਹੀਆਂ ਸੀ। ਬਿਲਕੁਲ ਭਰਨਾ ਪਊਗਾ ਜੀ। ਔਰ ਦੂਜਾ ਇਹ ਆ ਕਿ ਅਸੀਂ ਸਰਕਾਰ ਬਣਨ ਤੋਂ ਬਾਅਦ, ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਦੋਂ ਬਤੌਰ ਮੁੱਖ ਮੰਤਰੀ ਸਹੁੰ ਚੁੱਕੀ, ਉਸ ਤੋਂ ਬਾਅਦ ਅਸੀਂ ਟੈਕਸ ਇੰਟੈਲੀਜੈਂਟ ਯੂਨਿਟ ਦੀ ਸਥਾਪਨਾ ਕੀਤੀ, IIT ਹੈਦਰਾਬਾਦ ਨੇ ਇਕਰਾਰ ਕੀਤਾ, ਅਸੀਂ ਬਹੁਤ ਸਾਰੇ ਮੋਡਿਊਲ ਪਰਚੇਜ ਕੀਤੇ। ਸੋ ਉਹਦੇ ਨਾਲ ਮੈਂ ਸਮਝਦਾ ਪੰਜਾਬ ਦੀ ਜਿਹੜੀ ਟੈਕਸ ਇੰਪਲੀਮੈਂਟੇਸ਼ਨ ਆ ਔਰ ਟੈਕਸ ਅਵੇਜ਼ਨ ਜਿਹੜੀ ਆ ਉਹ ਖਤਮ ਹੋਈ ਆ, ਐਗਜੀਕਿਊਸ਼ਨ ਜਿਹੜੀ ਆ ਲਾਅ ਦੀ ਬੜੀ ਅੱਛੇ ਤਰੀਕੇ ਨਾਲ ਪੰਜਾਬ ਚ ਹੋ ਰਹੀ ਹੈ। ਦੇਖੋ ਲਗਭਗ 760 ਕਰੋੜ ਰੁਪਏ, 760 ਕਰੋੜ ਰੁਪਏ ਦੇ ਜਿਹੜੇ ਬਿੱਲ ਸੀਗੇ ਉਹ ਫੇਕ ਪਾਏ ਗਏ, ਜਾਲੀ ਪਾਏ ਗਏ, ਜਿਨ੍ਹਾਂ ਵਿਚ ਮੈਂ ਸਮਝਦਾ ਵੱਡੀ ਜਿਹੜੀ ਆ ਟੈਕਸ ਦੀ ਚੋਰੀ, ਦੋ ਫਰਮਾਂ ਨੇ, ਇੱਕ ਲੁਧਿਆਣੇ ਦੀ ਫਰਮ, ਇੱਕ ਅੰਮ੍ਰਿਤਸਰ ਦੀ ਫਰਮ, ਜਿਹੜੀ ਆ ਜਿਹੜੀ ਗੋਲਡ ਦਾ ਕੰਮ ਕਰਦੀ ਸੀ, ਸੋਨੇ ਦਾ ਕੰਮ ਕਰਦੀ ਸੀ, ਗਾਹਕਾਂ ਨੂੰ ਸੋਨਾ ਵੇਚਦੀ, ਉਹਦੇ ਨਿਕਲੇ, ਉਹਨਾਂ ਦੇ ਖਿਲਾਫ਼ ਅਸੀਂ ਕਾਨੂੰਨੀ ਕਾਰਵਾਈ ਕਰ ਰਹੇ ਹਾਂਗੇ। ਸੋ ਬਿਲਕੁਲ ਜਿਹੜਾ ਵੀ ਕੋਈ ਟੈਕਸ ਦੀ ਚੋਰੀ ਕਰੂਗਾ ਉਹਦੇ ਖਿਲਾਫ਼ ਸਰਕਾਰ ਜਿਹੜੀ ਸਖ਼ਤ ਐਕਸ਼ਨ ਲਊਗੀ। ਇਸੇ ਤਰ੍ਹਾਂ ਲੁਧਿਆਣਾ, ਮੰਡੀ ਗੋਬਿੰਦਗੜ੍ਹ, ਫਤਿਹਗੜ੍ਹ ਸਾਹਿਬ, ਹੋਰ ਬਹੁਤ ਸਾਰੇ ਜਗ੍ਹਾ ਦੇ ਉੱਤੇ ਲਗਭਗ 4,000 ਕਰੋੜ ਤੋਂ ਉੱਪਰ ਦਾ ਜਿਹੜਾ ਹੈਗਾ ਉਹ ਜਾਲੀ ਲੋਹੇ ਦੇ ਬਿੱਲ, ਲੋਹੇ ਦੀ ਖਰੀਦ ਫਰੋਖਤ ਦੇ ਜਾਲੀ ਬਿੱਲ ਉਹ ਪਾਏ ਗਏ ਨੇ। ਉਹਨਾਂ ਫਰਮਾਂ ਦੇ ਖਿਲਾਫ਼ ਵੀ ਕਾਰਵਾਈ ਹੋ ਰਹੀ ਆ, ਔਰ ਇਹਦੇ ਵਿੱਚ ਉਹ ਬਹੁਤ ਸਾਰੀਆਂ ਫਰਮਾਂ ਜਿਹੜੀਆਂ ਸੈਂਟਰ ਯੂਰਿਡਿਕਸ਼ਨ ਜੁੜੀਆਂ ਹੋਈਆਂ ਸੀ, 206 ਫਰਮਾਂ ਸੀ ਜਿਹੜੀਆਂ ਕੇਂਦਰ ਸਰਕਾਰ ਦੇ ਨਾਲ
ਜਿਨ੍ਹਾਂ ਨੇ ਆਪਣੀ ਰਜਿਸਟ੍ਰੇਸ਼ਨ ਕਰਵਾਈ ਹੋਈ ਸੀਗੀ। ਔਰ ਪੰਜਾਬ ਦੀਆਂ 11 ਫਰਮਾਂ ਸੀ, ਅਸੀਂ ਪੰਜਾਬ ਦੀਆਂ 11 ਫਰਮਾਂ ਦੀ ਰਜਿਸਟ੍ਰੇਸ਼ਨ ਰੱਦ ਕੀਤੀ ਆ। ਔਰ 206 ਜਿਹੜੀਆਂ ਸੈਂਟਰ ਸਰਕਾਰ ਦੀਆਂ ਨੇਗੀਆਂ, ਅਸੀਂ ਗਵਰਨਮੈਂਟ ਆਫ ਇੰਡੀਆ ਲਿਖਿਆ ਕਿ ਇਹਨਾਂ ਦੀਆਂ ਰਜਿਸਟ੍ਰੇਸ਼ਨ ਰੱਦ ਕਰਕੇ ਇਹਨਾਂ ਦੇ ਖਿਲਾਫ ਐਕਸ਼ਨ ਲਓ। ਸੋ ਅਸੀਂ ਬਿਲਕੁਲ ਜਿੱਥੇ ਵੀ ਕਿਤੇ ਟੈਕਸ ਦੀ ਚੋਰੀ ਹੋ ਉਹਦੇ ਖਿਲਾਫ਼ ਅਸੀਂ ਡਟ ਕੇ ਜਿਹੜੀ ਲੜਾਈ ਲੜਾਂਗੇ। ਇੱਕ ਵੀ ਟੈਕਸ ਦੀ ਚੋਰੀ ਨਹੀਂ ਹੋਣ ਦਾ ਮਤਲਬ ਇਹ ਕੰਪਨੀਆਂ ਬੰਦ ਕਰਵਾ ਰਹੇ ਹੋ ਜਾਂ ਇਹ ਕੰਪਨੀਆਂ ਕੱਲੀਆਂ ਕਾਗਜ਼ਾਂ 'ਚ ਸੀਗੀਆਂ, ਔਰ ਇਹਦੇ ਨਾਲ ਪ੍ਰੋਫਿਟ ਕਿੰਨਾ ਪੰਜਾਬ ਸਰਕਾਰ ਨੂੰ ਹੋਏਗਾ? ਦੇਖੋ, ਇਹ ਨਾ ਜਾਲੀ ਫਰਮਾਂ ਰਜਿਸਟਰਡ ਕਰਵਾ ਕੇ, ਫਰਜ਼ੀ ਫਰਮਾਂ ਰਜਿਸਟਰਡ ਕਰਵਾ ਕੇ, ਜਾਲੀ ਕਾਰੋਬਾਰ ਦਿਖਾ ਕੇ ਜਿਹੜਾ ITC ਰਿਟਰਨ ਲੈਂਦੀਆਂ ਸੀਗੀਆਂ ਔਰ ਕੰਮ ਨਹੀਂ ਕਰਦੀਆਂ ਸੀਗੀਆਂ ਔਰ ਪੈਸੇ ਸਾਡੇ ਤੋਂ ਵਸੂਲ ਪਾ ਲੈਂਦੀਆਂ ਸੀਗੀਆਂ ਵੀ ਅਸੀਂ ਆਹ ਕੰਮ ਕੀਤਾ। ਸੋ ਇਹ ਵੱਡਾ ਫਰਾਡ ਸੀ, ਇਹ ਫੜਿਆ ਗਿਆ। ਔਰ ਸੋਨੇ ਦਾ ਤਾਂ ਇਹ ਨਿਕਲਿਆ ਨਾ, ਅੰਮ੍ਰਿਤਸਰ ਤੇ ਲੁਧਿਆਣੇ ਦੀ ਜੇ ਮੈਂ ਗੱਲ ਕਰਾਂ, ਉੱਥੇ ਤਾਂ ਉਹਨਾਂ ਨੇ ਸੋਨਾ ਕਿੱਥੋਂ ਖਰੀਦ ਕੇ ਲਿਆਂਦਾ? ਉਹਦਾ ਕੋਈ ਰਿਕਾਰਡ ਹੀ ਹੈ ਨੀ। ਸੋਨਾ ਹੈ ਜਾਂ ਸੋਨਾ ਕਾਗਜ਼ਾਂ 'ਚ? ਸੋਨਾ ਕਾਗਜ਼ਾਂ 'ਚ ਨੀ, ਸੋਨਾ ਹੈਗਾ ਗਾ, ਸੋਨਾ ਗਾਹਕਾਂ ਨੂੰ ਵੇਚਿਆ ਗਾ, ਪਰ ਉਹ ਸੋਨਾ ਉਹਨਾਂ ਫਰਮਾਂ ਨੇ ਕਿੱਥੋਂ ਖਰੀਦ ਕੇ ਲਿਆਂਦਾ ਉਹਦਾ ਕੋਈ ਵੀ ਉਹਨਾਂ ਕੋਲ ਸਬੂਤ ਨੀ ਹੈਗਾ। ਵਾਇਆ ਦੁਬਈ ਹੈ ਕਿਉਂਕਿ ਅੰਮ੍ਰਿਤਸਰ ਏਅਰਪੋਰਟ ਤੇ ਕਈ ਵਾਰ ਫੜਿਆ ਜਾਂਦਾ। ਕਿੱਥੋਂ ਇਹ ਸੋਨਾ? ਦੇਖੋ, ਇਹ ਸਾਡਾ ਜਾਂਚ ਦਾ ਵਿਸ਼ਾ ਨਹੀਂ ਹੈਗਾ। ਅਸੀਂ ਵੈਸੇ ਕ੍ਰਿਮੀਨਲ ਐਕਟ ਜਿਹੜਾ ਹੈਗਾ ਬਹੁਤ ਜਗ੍ਹਾ ਤੇ ਲਾਗੂ ਵੀ ਕਰਤਾ, ਕ੍ਰਿਮੀਨਲ ਪ੍ਰੋਸੀਡਿੰਗਾਂ ਸ਼ੁਰੂ ਕੀਤੀਆਂ ਨੇ, ਪਰ ਲੇਕਿਨ ਇਹ ਸਪਸ਼ਟ ਆ ਕਿ ਉਹਨਾਂ ਕੋਲੇ ਮਾਲ ਕਿੱਥੋਂ ਆਇਆ ਉਹਦਾ ਕੋਈ ਵੀ ਰਿਕਾਰਡ ਨਹੀਂ ਸੀ। ਇਸੇ ਗੱਲ ਕਰਕੇ ਅਸੀਂ ਆਪਦੇ ਐਸ ਪਰ ਲਾ ਜਿਹੜਾ GST ਦਾ ਕਾਨੂੰਨ ਉਹਦੀ ਅਸੀਂ ਕਾਰਵਾਈ ਕੀਤੀ। ਅਸੀਂ ਬਿਲਕੁਲ ਜਿੱਥੇ ਵੀ ਕਿਤੇ ਸਾਨੂੰ ਚੋਰੀ ਮਿਲਦੀ ਆ, ਜਿਹਦੀ ਵੀ ਸਾਨੂੰ ਇਨਪੁਟ ਆਉਂਦੀ ਆ, ਔਰ ਸਾਡਾ ਡਿਪਾਰਟਮੈਂਟ ਖਾਸ ਕਰਕੇ ਪੰਜਾਬ ਦਾ ਡਿਪਾਰਟਮੈਂਟ GST ਦਾ ਬੜਾ ਚੁਸਤ ਦਰੁਸਤ ਹੈਗਾ। ਜੁਰਮਾਨਾ ਕਿੰਨਾ ਠੋਕਿਆ? ਇਹ ਦੋਨਾਂ ਫਰਮਾਂ ਨੂੰ ਲਗਭਗ 45 ਕਰੋੜ ਰੁਪਏ ਤੋਂ ਉੱਪਰ ਦਾ ਜੁਰਮਾਨਾ ਹੈਗਾ, ਜਿਹੜੀਆਂ ਸੋਨੇ ਦਾ ਕੰਮ ਕਰ ਰਹੀਆਂ ਸੀ। ਬਿਲਕੁਲ ਭਰਨਾ ਪਊਗਾ ਜੀ। ਔਰ ਦੂਜਾ ਇਹ ਆ ਕਿ ਅਸੀਂ ਸਰਕਾਰ ਬਣਨ ਤੋਂ ਬਾਅਦ, ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਦੋਂ ਬਤੌਰ ਮੁੱਖ ਮੰਤਰੀ ਸਹੁੰ ਚੁੱਕੀ, ਉਸ ਤੋਂ ਬਾਅਦ ਅਸੀਂ ਟੈਕਸ ਇੰਟੈਲੀਜੈਂਟ ਯੂਨਿਟ ਦੀ ਸਥਾਪਨਾ ਕੀਤੀ, IIT ਹੈਦਰਾਬਾਦ ਨੇ ਇਕਰਾਰ ਕੀਤਾ, ਅਸੀਂ ਬਹੁਤ ਸਾਰੇ ਮੋਡਿਊਲ ਪਰਚੇਜ ਕੀਤੇ। ਸੋ ਉਹਦੇ ਨਾਲ ਮੈਂ ਸਮਝਦਾ ਪੰਜਾਬ ਦੀ ਜਿਹੜੀ ਟੈਕਸ ਇੰਪਲੀਮੈਂਟੇਸ਼ਨ ਆ ਔਰ ਟੈਕਸ ਅਵੇਜ਼ਨ ਜਿਹੜੀ ਆ ਉਹ ਖਤਮ ਹੋਈ ਆ, ਐਗਜੀਕਿਊਸ਼ਨ ਜਿਹੜੀ ਆ ਲਾਅ ਦੀ ਬੜੀ ਅੱਛੇ ਤਰੀਕੇ ਨਾਲ ਪੰਜਾਬ ਚ ਹੋ ਰਹੀ ਹੈ।